वहीं फिरोजपुर के बस्ती खुशहाल सिंहवाला में बीते 3 अप्रैल को जमीनी विवाद को लेकर दो गुटों में आपसी झगड़ा हुआ था, जिसमें जख्मी हुए एक गुट के सदस्य की 31 मई को मौत हो गई थी, जिसके बाद पुलिस ने मामला दर्ज नहीं किया, जिसके बाद परिजनों ने मृतक का शव थाने के सामने रखकर विरोध प्रदर्शन किया और धोखेशाही का आरोप लगाया। साथ ही कांग्रेस सरपंच ने बलवंत सिंह के खिलाफ मामला दर्ज कराने की मांग की। ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਦੇ ਰਹੀ ਹੈ ਸਰਦਾਰ ਗਜੰਟ ਸਿੰਘ। ਇਸ ਮ੍ਰਿਤਕ ਸਰੀਰ ਦੇ ਜੋ ਪਏ ਆ ਉਹਨਾਂ ਦੇ ਨਾਜਰ ਸਿੰਘ ਦੇ ਬੇਟਾ ਜੀ ਜਿਹੜੇ ਹੈਗੇ ਆ ਸਰਦਾਰ ਗਜੰਟ ਸਿੰਘ, ਆਪਣੇ ਜੋ ਮੁੱਖ ਮੰਤਰੀ ਆ ਉਹਨਾਂ ਦੀ ਸਕਿਉਰਿਟੀ ਦੇ ਵਿੱਚ ਸੇਵਾਵਾਂ ਦੇ ਰਹੇ ਸੀ ਔਰ ਜਿਹੜੀ ਉਹਨਾਂ ਦੀ ਨੂੰਹ ਰਾਣੀ ਆ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਔਰ ਸੇਵਾਵਾਂ ਦੇ ਰਹੀ ਹੈ। ਔਰ ਮੈਨੂੰ ਸ਼ਰਮ ਨਾਲ ਕਹਿਣਾ ਆ ਰਿਹਾ ਵੀ ਜਿਹੜੇ ਆਪ ਦੇ ਪਰਿਵਾਰਕ ਮੈਂਬਰਾਂ ਨਾਲ ਹੀ ਜਿਹੜੀ ਥਾਣਾ ਮੱਲਾਂਵਾਲਾ ਦੀ ਪੁਲਿਸ ਹੈ ਉਹ ਇਹੋ ਜਿਹਾ ਰਵੱਈਆ ਤਿਆਰ ਕਰ ਰਹੀ ਹੈ ਔਰ ਕੋਈ ਨਾ ਕਾਰਵਾਈ ਕਰਕੇ ਆਪਦੇ ਹੀ ਪਰਿਵਾਰ ਦੇ ਜਿਹੜੇ ਜੀਆਂ ਦੇ ਵਿੱਚ ਇਹ ਨਿਰਾਸ਼ਾਜਨਕ ਜਿਹੜੀ ਸੋਚ ਪੈਦਾ ਕਰ ਰਹੀ ਹੈ। ਜੋ ਇਹ ਝਗੜਾ ਹੋਇਆ ਜੀ ਇਹ ਮੇਰੇ ਚਾਚਾ ਜੀ ਨਾਲ ਹੋਇਆ ਜੀ, ਜ਼ਮੀਨ ਦਾ ਝਗੜਾ ਸੀ ਜੀ। ਕਿਹਨਾਂ ਨਾਲ ਹੋਇਆ? ਇਹ ਜੀ ਬਲਵੰਤ ਸਿੰਘ ਨਾਲ ਹੋਇਆ ਜੀ। ਵੀ ਜੋ ਕਿ ਇਹ ਜ਼ਮੀਨ ਸੀ ਇਹਦਾ ਬਲਦੇਵ ਸਿੰਘ ਤੋਂ ਨਾਜਰ ਸਿੰਘ ਨੇ ਖਰੀਦੀ ਸੀ ਜੀ ਅਤੇ ਆਪਦੇ ਚਾਚੇ ਨੂੰ ਬਿਆਨਾ ਕਰਾਇਆ ਸੀ ਬਲਦੇਵ ਸਿੰਘ ਨੇ ਜੀ। ਉਹਦੇ ਬਿਆਨੇ 'ਤੇ ਬਲਦੇਵ ਸਿੰਘ ਨੇ ਪੈਸੇ ਵੀ ਮੁੜੇ ਸੀ, ਚਾਚੇ ਨੇ ਅਦਾਇਰ ਕਰਤਾ ਸੀ ਜੀ ਬਿਆਨਾ ਵੀ ਮੈਨੂੰ ਪੈਸੇ ਨਹੀਂ ਦਿੱਤੇ। ਉਹਦੇ ਨਾਲ ਪੰਚਾਇਤਾਂ ਇਕੱਠੀਆਂ ਹੋਈਆਂ ਜੀ, ਉਹ ਸਾਰੇ ਰਾਜੀਨਾਮੇ ਹੋਏ, ਉਹਦੇ 'ਚ ਬੰਤਾ ਸਿੰਘ ਨੂੰ ਝੂਠਾ ਸਾਬਤ ਕੀਤਾ ਗਿਆ। ਉਹਦੇ ਤੋਂ ਬਾਅਦ ਜੀ ਇਹ 'ਚ ਜ਼ਮੀਨ 'ਚ ਬੋਰ ਵੀ ਕਰਾਇਆ ਗਿਆ ਜੀ, ਇਹਦਾ ਸਾਰਾ ਕੁਛ ਕਰਾਇਆ ਗਿਆ। ਜਿਹੜਾ ਅੱਜ ਦਾ ਵਿਸ਼ਾ ਜੀ ਇਹ ਜਿਹੜਾ ਸਾਬਕ ਮੌਜੂਦਾ ਸਰਪੰਚ ਆ ਕਾਂਗਰਸ ਦਾ ਜੀ ਬਲਵੰਤ ਸਿੰਘ, ਇਹ ਵੀ ਸਰਕਾਰ ਹੋਣ ਦੀ ਸ਼ਹਿ ਦੇ ਨਾਲ ਵੀ MLA ਦੇ ਜ਼ੋਰ ਦੇ ਨਾਲ ਇਹਨੇ ਇਹਦੀ ਪੈਲੀ ਨਾਲ ਲੱਗਦੀ ਸੀ ਜੀ। ਇਹਨੇ ਕਿਹਾ ਵੀ ਗੁਰਦੌਰੀ ਫਰਜ਼ੀ ਗੁਰਦੌਰੀ ਕਰਾ ਕੇ ਇੱਕ 2 ਨੰਬਰ 'ਚ ਕਰਾ ਕੇ ਜੀ ਇਹ ਨਾਜਰ ਸਿੰਘ ਨੂੰ ਕਹਿੰਦਾ ਵੀ ਤੂੰ ਮੇਰੀ ਜ਼ਮੀਨ ਛੱਡ। ਉਹ ਕਹਿੰਦਾ ਜੀ ਮੇਰੇ ਕੋਲ ਜੀ ਸਾਰੇ ਸਬੂਤ ਇਹਦੇ ਕੋਲ। ਇਹਨੇ ਧੱਕੇ ਨਾਲ ਉੱਥੇ ਰਾਤ ਨੂੰ ਜਾ ਕੇ ਉਹਦੇ ਗਲਪਿਆ, ਲੜਾਈ ਕੀਤੀ, ਮਾਰਿਆ ਕੁੱਟਿਆ। ਅਤੇ ਇਸ ਪਰਿਵਾਰ ਨੇ ਜਿਹੜਾ ਕਿ ਇਹਨਾਂ ਦੀ ਜ਼ਮੀਨੀ ਵਿਵਾਦ ਕਰਕੇ ਇਹ ਅੱਜ ਮੌਤ ਹੋਈ ਹੈ। ਅੱਜ ਕਾਫੀ ਦਿਨ ਪਹਿਲਾਂ